ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਮੇਰਾ ਨਾਮ ਹਰਬੀ ਸਿੰਘ ਹੈ ਤੇ ਮੈਂ ਡਿਸਟ੍ਰਿਕਟ ਫਿਰਸਪੁਰ ਦੇ ਗੁੱਲੂ ਕਾ ਮੋੜ ਪਿੰਡ ਤੋਂ ਤੁਹਾਡੇ ਨਾਲ ਗੱਲ ਕਰ ਰਿਹਾ ਮੈਂ ਸਿੱਧੂ ਮੂਸੇਵਾਲਾ ਦੀ ਯਾਦ ਦੇ ਵਿੱਚ ਆਪਣੇ ਗੁਰੂ ਅਸੇਹ ਹਲਕੇ ਦੇ ਵਿੱਚ ਪੰਜ ਲਾਇਬ੍ਰੇਰੀਜ਼ ਬਣਾਉਣ ਜਾ ਰਿਹਾ ਜਿਹੜੀਆਂ ਤਿੰਨ ਸਿੱਧੂ ਮੂਸੇਵਾਲਾ ਜੀ ਹੋਰਾਂ ਦੇ ਨਾਮ ਤੇ ਹੋਣਗੀਆਂ ਤੇ ਦੋ ਲਾਇਬ੍ਰੇਰੀਜ਼ ਨੇ ਉਹ ਬੱਬੂ ਮਾਨਤ ਜੀ ਹੋਰਾਂ ਦੇ ਨਾਮ ਤੇ ਬਣਾਈਆਂ ਜਾਣਗੀਆਂ ਇਹਦੇ ਪਿੱਛੇ ਮੇਰਾ ਮਕਸਦ ਇਹ ਹੈ ਕਿਉਂਕਿ ਆਪਾਂ ਸਾਰਿਆਂ ਨੂੰ ਪਤਾ ਹੈ ਕਿਉਂਕਿ ਮੈਂ ਬਹੁਤ ਜ਼ਿਆਦਾ ਲੰਬੀ ਚੋੜੀ ਗੱਲ ਨਹੀਂ ਕਰਨੀ ਚਾਹੁੰਦਾ ਕਿ ਆਪਾਂ ਸਿੱਧੀ ਉਸ ਜਲਾਹਾਂ ਦੀ ਪਿਛਲੇ 10-15 ਦਿਨਾਂ ਤੋਂ ਖਬਰਾਂ ਸੁਣ ਰਹੇ ਹਾਂ ਤੇ ਆਪਾਂ ਉਹਨਾਂ ਬਾਰੇ ਕੋਈ ਮੇਰੇ ਵੱਲੋਂ ਸ਼ਬਦ ਕਹਿਣੇ ਇਹ ਕਿ ਲੋ ਬੇਮੈਨੇ ਨੇ ਕਿ ਉਹ ਕਿੱਦਾਂ ਦੇ ਇਨਸਾਨ ਸੀ ਤੇ ਉਹਨਾਂ ਨੇ ਕਿੱਦਾਂ ਦਾ ਗਿਆ ਉਹਨਾਂ ਨੇ ਬਹੁਤ ਵਧੀਆ ਕੰਟੈਂਟ ਗਿਆ ਪੰਜਾਬ ਦੇ ਦਰਦ ਨੂੰ ਬਿਆਨ ਕੀਤਾ ਪੰਜਾਬ ਨਾਲ ਹੋਰੇ ਤੱਕੇ ਨੂੰ ਬਿਆਨ ਕੀਤਾ ਤੇ ਪੰਜਾਬ ਦੀ ਖੂਬਸੂਰਤੀ ਬਾਰੇ ਵੀ ਉਹਨਾਂ ਨੇ ਕਿਹਾ ਕਿ ਪੰਜਾਬ ਕਿਵੇਂ ਗੁਰੂਆਂ ਪੀਰਾਂ ਦੀ ਧਰਤੀ ਹੈ ਤੇ ਬਹਾਦਰਾਂ ਦਾ ਜਿਹੜਾ ਹੈਗਾ ਇਹ ਸਟੇਟ ਹੈ ਤੇ ਮੈਂ ਉਹਨਾਂ ਨੂੰ ਇੱਕ ਸੱਚੀ ਸ਼ਰਧਾਂਜਲੀ ਜਿਹੜੀ ਹੈ ਜੋ ਮੇਰੇ ਮਨ ਦੇ ਵਿੱਚ ਆਈ ਹੈ ਤੋ ਇਹ ਹੀ ਹੈ ਕਿ ਆਪਾਂ ਉਹਨਾਂ ਦੀ ਆਡੀਓਲੋਜੀ ਨੂੰ ਜੋ ਉਹ ਸੋਚਦੇ ਸੀ ਜਾਂ ਜੋ ਕਰਨਾ ਚਾਹੁੰਦੇ ਸੀ ਉਹਦੇ ਵਿੱਚ ਇਹ ਹੈ ਕਿ ਬੱਚੇ ਜਿਹੜੇ ਹੈਗੇ ਆ ਉਹ ਚੰਗੇ ਕੰਟੈਂਟ ਨਾਲ ਜੁੜਨ ਪੰਜਾਬ ਦੇ ਇੱਕ ਸੱਚੇ ਇਤਿਹਾਸ ਨੂੰ ਜਾਣਨ ਦੀ ਕੋਸ਼ਿਸ਼ ਕਰਨ ਕਿਉਂਕਿ ਆਪਾਂ ਨੂੰ ਪਤਾ ਹੈ ਕਿ ਸਕੂਲਾਂ ਕਾਲਜਸ ਦੇ ਵਿੱਚ ਸਟੇਟ ਦੁਆਰਾ ਕਿਦਾਂ ਜਿਹੜੇ ਸਾਡੇ ਇਤਿਹਾਸ ਨੂੰ ਤੋੜਿਆ ਮਰੋੜਿਆ ਜਾ ਰਿਹਾ ਤੇ ਗਲਤ ਜਿਹੜਾ ਹੈਗਾ ਇਹ ਚੀਜ਼ਾਂ ਦਾ ਪ੍ਰਚਾਰ ਕੀਤਾ ਜਾ ਰਿਹਾ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਕਿਦਾਂ ਮੁਹਾਲੀ ਦੇ ਵਿੱਚ ਬਲਦੇਵ ਸਿੰਘ ਸਿਰਸਾ ਜੀ ਹੋਰਾਂ ਦੁਆਰਾ ਇੱਕ ਉਥੇ ਧਰਨਾ ਲਾਇਆ ਗਿਆ ਸੀ ਕਿ ਕਿਦਾਂ ਉਹ ਸਾਡੇ ਇਤਿਹਾਸ ਨੂੰ ਖਰਾਬ ਕਰ ਰਹੇ ਨੇ ਤੇ ਮੈਂ ਇੱਕ ਉਹਨਾਂ ਨੂੰ ਚੰਗੇ ਇਤਿਹਾਸ ਤੋਂ ਜਾਣੂ ਕਰਾਉਣ ਲਈ ਜਿਹੜਾ ਹੈਗਾ ਲਾਇਬ੍ਰੇਰੀਜ਼ ਬਣਾਉਣਾ ਚਾਹਣਾ ਜਿਦੇ ਵਿੱਚ ਸਿਰਫ ਤੋਂ ਸਿਰਫ ਜਿਹੜਾ ਪੰਜਾਬ ਦਾ ਪੰਜਾਬ ਦੇ ਯੋਧਿਆਂ ਦਾ ਤੇ ਸੱਚਾ ਜਿਹੜਾ ਇਤਿਹਾਸ ਜਿਹੜਾ ਹੈਗਾ ਪੜਾਇਆ ਜਾਊਗਾ ਉਹਦੇ ਲਈ ਜਿਹੜੀ ਮੇਰੀ ਬੁੱਧੀਜੀਵੀਆਂ ਨਾਲ ਮੀਟਿੰਗਸ ਚੱਲ ਰਹੀਆਂ ਨੇ ਜੋ ਰეკਮੈਂਡ ਕਰਨਗੇ ਉਹੀ ਉਥੇ ਬੁੱਕਸ ਰੱਖੀਆਂ ਜਾਣਗੀਆਂ ਤੇ ਮੇਰੀ ਜਿਹੜੀ ਹੈਗੀ ਹੈ ਉਹ ਸ਼ੁਭਦੀਪ ਨੂੰ ਜਿਹੜੀ ਆ ਮੇਰੇ ਵੱਲੋਂ ਜਿਹੜੀ ਸੱਚੀ ਸ਼ਰਧਾਂਜਲੀ ਇਹੀ ਹੈ ਕਿ ਲੋਕ ਨੇ ਜਿਹੜੇ ਜਿਹੜੇ ਸਾਡੇ ਪੰਜਾਬ ਨੇ ਜਾਂ ਜਿਹੜੇ ਉਹਨਾਂ ਨੂੰ ਚਾਹਣ ਵਾਲੇ ਨੇ ਜਿਵੇਂ ਉਹਨਾਂ ਦੇ ਮਾਤਾ ਪਿਤਾ ਨੇ ਜ਼ਿਕਰ ਕੀਤਾ ਕਿ ਆਪਾਂ ਸਾਰਿਆਂ ਨੇ ਰੁੱਖ ਵੀ ਲਾਉਣੇ ਆ ਤੇ ਆਪਾਂ ਉਹਨਾਂ ਦੀ ਸੋਚ ਨਾਲ ਵੀ ਜੁੜਨਾ ਹੈ ਤਾਂ ਜੋ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਕੋਲ ਇੱਕ ਜਰੂਰ ਸਿੱਧੂ ਚਲੇ ਗਿਆ ਅੱਗੇ ਆਉਣ ਵਾਲੇ ਚ ਸਾਡਾ ਪੰਜਾਬ ਦਾ ਹਰੇਕ ਸਿੱਧੂ ਮੂਸੇਵਾਲਾ ਹੋਣਾ ਚਾਹੀਦਾ ਤਾਂ ਜੋ ਜਿਹੜਾ ਸਾਡਾ ਪੰਜਾਬ ਹੈ ਉਹ ਜਿੱਦਾਂ ਉਹਦਾ ਸੋਚ ਉਹਨਾਂ ਦੀ ਸੀਗੀ ਜਾਂ ਜਿੱਦਾਂ ਦਾ ਉਹ ਚਾਹੁੰਦੇ ਸੀ ਉਦਾਂ ਦਾ ਆਪਾਂ ਉਹਨੂੰ ਸਿਰਜ ਸਕੀਏ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤਿਹ ਸਰ ਤੋਂ ਹੋਰ ਪੰਜਾਬੀ ਜਿਹੜੇ ਗਾਇਕਾ ਉਹਨਾਂ ਨੂੰ ਕੀ ਕਿਹਾ ਚਾਹੁੰਦੇ ਦੇਖੋ ਮੈਂ ਇਹ ਕਹਿਣਾ ਚਾਹੁੰਦਾ ਕਿ ਅ ਜੇ ਕੋਈ ਆਸ਼ਕੀ ਤੋਂ ਜਾਂ ਇਸ਼ਕ ਮੁਸ਼ਤ ਕੋਲਾਵਾ ਕੋਈ ਲੜਾਈ ਝਗੜਿਆਂ ਤੇ ਗੀਤ ਬੋਲਣ ਤੋਂ ਇਲਾਵਾ ਵੀ ਜਿਹੜੀ ਹੈਗੇ ਪੰਜਾਬ ਦੇ ਵਿੱਚ ਗਾਇਕੀ ਸੁਣੀ ਜਾ ਸਕਦੀ ਹੈ ਇਹ ਸਿੱਧੂ ਮੂਸੇਵਾਲਾ ਉਹਨਾਂ ਨੇ ਸਾਬਿਤ ਕੀਤਾ ਕਿਉਂਕਿ ਉਹਨਾਂ ਦੇ ਪਹਿਲੇ ਗੀਤ ਤੋਂ ਲੈ ਕੇ ਜੋ ਉਹਨਾਂ ਦਾ S.Y.L ਕੀਚ ਗੀਤ ਆਉਣਾ ਉਦੋਂ ਤੱਕ ਉਹਨਾਂ ਨੇ ਸਿਰਫ ਤੋਂ ਸਿਰਫ ਜਿਹੜਾ ਹੈਗਾ ਇੱਕ ਲੋਕਾਂ ਨੂੰ ਮੈਸੇਜ ਦਿੱਤਾ ਤੇ ਚੰਗਾ ਮੈਸੇਜ ਦਿੱਤਾ ਜਿਹਦੇ ਵਿੱਚ ਉਹਨਾਂ ਨੇ ਕੋਈ ਨਸ਼ੇ ਦੀ ਗੱਲ ਨਹੀਂ ਕੀਤੀ ਤੇ ਕੋਈ ਉਹਨਾਂ ਨੇ ਕੋਈ ਬੱਚਿਆਂ ਨੂੰ ਕਿਸੇ ਹੋਰ ਇਸ਼ਕ ਵੱਲ ਨਹੀਂ ਤੋੜਿਆ ਉਹਨਾਂ ਨੇ ਸਿਰਫ ਤੋਂ ਸਿਰਫ ਪੰਜਾਬ ਦੀ ਖੂਬਸੂਰਤੀ ਪੰਜਾਬ ਦੇ ਇਤਿਹਾਸ ਤੋਂ ਜਾਣੂ ਕਰਾਉਣ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਜੋ ਕਿ ਇੱਕ ਬਹੁਤ ਵੱਡਾ ਪ੍ਰਾਲਾ ਹੈ ਤੇ ਮੈਂ ਚਾਹੁੰਨਾ ਹੈ ਕਿ ਜਿੰਨੇ ਵੀ ਪੰਜਾਬ ਦੇ ਸਿੰਗਰ ਹੈ ਕਿ ਉਹ ਕਹਿੰਦੇ ਆ ਕਿ ਲੋਕ ਨਹੀਂ ਸੁਣਦੇ ਪਰ ਮੈਂ ਇਹ ਗੱਲ ਕਹਿਣਾ ਜੇ ਸਿੰਗਰ ਚੰਗਾ ਗਾਉਣਗੇ ਤਾਂ ਲੋਕ ਸੁਣਨਗੇ ਜਿਵੇਂ ਇਹਦੀ ਐਗਜ਼ਾਮਪਲ ਆਪਾਂ ਦੇਖੀ ਹੈ ਕਿ ਕਿਸਾਨੀ ਅੰਦੋਲਨ ਦੇ ਵਿੱਚ ਵੀ ਕਿਸਾਨੀ ਦੇ ਬਹੁਤ ਸਾਰੇ ਗੀਤ ਆ ਇਹ ਤੇ ਸਾਰੇ ਲੋਕਾਂ ਨੇ ਉਹਨਾਂ ਨੂੰ ਬੜਾ ਦਿਲ ਖੋਲ ਕੇ ਪਿਆਰ ਦਿੱਤਾ। ਅੱਜ ਕਿਹਨਾ ਬੰਦਾ ਸੰਦੀਪ ਕੰਬੋਜ ਸੰਦੀਪ ਜੀ ਕਿਵੇਂ ਦੇਖਦੇ ਹੋ ਜੇ ਹਰਪ੍ਰੀਤ ਸਿੰਘ ਵੱਲੋਂ ਜਿਹੜੀਆਂ ਲਾਇਬ੍ਰੇਰੀਆਂ ਸਿੱਧੂ ਮੂਸੇਵਾਲਾ ਦੇ ਨਾਮ ਤੇ ਬਣਾਈਆਂ ਜਾ ਰਹੀਆਂ ਕਾਂਗਰਸ ਦੇ ਹਲਕਾ ਇੰਚਾਰਜ ਹਰਪ੍ਰੀਤ ਕੰਬੋਜ ਜੀ ਤੇ ਸਮਾਜ ਸੇਵੀ ਜੋ ਆਪਣੇ ਕਿਸਾਨੀ ਅੰਦੋਲਨ ਦੇ ਵਿੱਚ ਵੀ ਇਹਨਾਂ ਨੇ ਬਹੁਤ ਯੋਗਦਾਨ ਪਾਇਆ ਹੈ। ਤੇ ਹਮੇਸ਼ਾ ਹੀ ਕੋਈ ਨਾ ਕੋਈ ਨਵੀਂ ਪਹਿਲ ਕਦਮੀ ਕਰਦੇ ਆ ਜਿੱਦਾਂ ਪੰਜਾਬ ਦੇ ਸਾਰੇ ਲੋਕ ਮੂਸੇ ਵਾਲਾ ਵਾਸਤੇ ਬਹੁਤ ਕੁਛ ਨੂੰ ਕੁਛ ਕਰ ਰਹੇ ਨੇ ਇਹਨਾਂ ਨੇ ਵੀ ਸੋਚਿਆ ਸਾਡੇ ਹਲਕੇ ਗਰੁੱਪਸ ਦੇ ਵਿੱਚ ਤਿੰਨ ਲਾਇਬ੍ਰੇਰੀਆਂ ਉਹਨਾਂ ਦੇ ਨਾਮ ਤੇ ਬਣਾ ਰਿਹਾ ਸਿੱਧੂ ਮੂਸੇ ਵਾਲਾ ਦੇ ਤੇ ਦੋ ਬਣਾ ਰਿਹਾ ਬਬੂਆ ਨਾਮ ਤੇ ਮਿਸਰ ਵਾਲਾ ਚਲੋ ਕਹਿੰਦੇ ਬਈ ਮਰ ਕੇ ਉਸ ਤੋਂ ਬਾਅਦ ਜੋ ਲੋਕ ਉਹਨਾਂ ਨੂੰ ਯਾਦ ਰੱਖਣ ਉਹਦੇ ਵਾਸਤੇ ਕਿਤਾਬਾਂ ਪੜ੍ਹਨੀਆਂ ਬਹੁਤ ਜ਼ਰੂਰੀ ਨੇ ਤੇ ਹਰ ਬੰਦਾ ਉਸ ਤੇ ਹਿਸਾਬ ਨਾਲ ਬੰਦਾ ਯਾਦ ਰੱਖੂਗਾ ਉਹਨਾਂ ਨੂੰ ਨੌਜਵਾਨਾਂ ਨੂੰ ਕੀ ਮੈਸੇਜ ਨੌਜਵਾਨਾਂ ਨੂੰ ਮੈਸੇਜ ਆਈ ਆ ਬਈ ਵੱਤ ਵਾਹ ਕਿਤਾਬਾਂਵਾਲ ਪ੍ਰੇਰਿਤ ਹੋਇਆ ਜਾਵੇ ਕਿਤਾਬਾਂ ਦੇ ਵਿੱਚੋਂ ਸਾਨੂੰ ਆਪਣਾ ਪੁਰਾਣਾ ਇਤਿਹਾਸ ਪੜ੍ਹਨਾ ਚਾਹੀਦਾ ਪੁਰਾਣਾ ਗੁਰੂਆਂ ਪੀਰਾਂ ਦਾ ਹੈਗਾ ਤੇ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ